ऐसा महान राज जिस दी प्रजा सारी सुखी सी, पर मैं अज बड़े ही उस गमगीन जे माहौल दे विच खलोता लाहौर दे विच गुरद्वारा डेरा साहब दे बिल्कुल करीब। तुसी दर्शन कर रहे हो शेरे पंजाब महाराजा रणजीत सिंह दी मड़ी। इस जगह ते उस शेरे पंजाब दी देह दा संस्कार किया गया सी। ये उस शेरे पंजाब दी मड़ी ते है। ऐ मेरे खालसा राज दे वारसो, तुहानू वेख के तुहाडियां अखां दे विच नीर आ जाना चाहीदा, तुहानू जज्बाती हो जाना चाहीदा। ये हैगा रुशनाई दरवाजा, जिवें कि तुहानू पहलां दस्सिया लाहौर दे विच 12 दरवाजे सी, एक मोरी सी। खालसा राज दे हुंदियां 11 दरवाजे बंद रहिंदे सी, ਇਹ ਕੇਵਲ ਰੁਸ਼ਨਾਈ ਦਰਵਾਜ਼ਾ ਖੁੱਲ੍ਹਾ ਰਹਿੰਦਾ ਸੀ। ਪਰ ਤਰਾਸਦੀ ਇਹ ਹੈ, ਖਾਲਸਾ ਰਾਜ ਜਾਣ ਤੋਂ ਬਾਅਦ 11 ਦਰਵਾਜ਼ੇ ਖੁੱਲ੍ਹੇ ਨੇ, ਅੱਜ ਰੁਸ਼ਨਾਈ ਦਰਵਾਜ਼ਾ ਬੰਦ ਹੈ। ਡੋਗਰਿਆਂ ਨੇ ਐਸੀ ਸਾਜਿਸ਼ ਰਚੀ, ਉਹਨਾਂ ਨੇ ਗੁੰਦਾਂ ਗੁੰਦੀਆਂ ਖਾਲਸਾ ਰਾਜ ਨੂੰ ਖਤਮ ਕਰਨ ਦੀਆਂ ਐਸੀ ਗਦਾਰੀ ਕੀਤੀ। ਧਿਆਨ ਸਿੰਘ ਡੋਗਰਾ, ਗੁਲਾਬ ਸਿੰਘ ਡੋਗਰਾ ਉੱਪਰ ਖਲੋ ਗਿਆ, ਥੱਲੇ ਉਹਨੇ ਲਾਲ ਰੰਗ ਦੇ ਰੁਮਾਲ ਦੇ ਨਾਲ ਇਸ਼ਾਰਾ ਕੀਤਾ ਕਿ ਜਦੋਂ ਕੰਵਰ ਨੌਨਿਹਾਲ ਸਿੰਘ ਇੱਥੋਂ ਲੰਘੇਗਾ ਤੁਸੀਂ ਉਸ ਦੇ ਉੱਪਰ ਛੱਜਾ ਸੁੱਟ ਦੇਣਾ, ਤਾਂ ਕਿ ਸਿੱਖ ਕੌਮ ਦਾ ਖਾਲਸਾ ਰਾਜ ਦਾ ਵਾਰਸ ਸਦਾ ਲਈ ਖਤਮ ਹੋ ਜਾਵੇ। ਜਦੋਂ ਉਹਨੇ ਕਿਹਾ ਕਿ ਮੈਂ ਆਪਣੇ ਮਾਤਾ ਨੂੰ ਮਿਲਣਾ ਚਾਹੁੰਦਾ, ਮੈਂ ਆਪਣੀ ਪਤਨੀ ਨੂੰ ਮਿਲਣਾ ਚਾਹੁੰਦਾ, ਤਾਂ ਉਹਨਾਂ ਨੇ ਕਿਹਾ ਕਿ ਕੰਵਰ ਜੀ ਉਹਨਾਂ ਨੂੰ ਨਹੀਂ ਮਿਲ ਦੇਣਾ, ਤੁਸੀਂ ਹੁਣ ਤੁਹਾਨੂੰ ਤੁਹਾਡੇ ਦਾਦੇ ਨਾਲ ਹੀ ਮਿਲਾਪ ਕਰਾ ਦਿੱਤਾ ਜਾਏਗਾ, ਸ਼ੇਰੇ ਪੰਜਾਬ ਦੇ ਕੋਲ ਤੁਹਾਨੂੰ ਭੇਜ ਰਹੇ ਹਾਂ। ਅਤੇ ਪੱਥਰ ਮਾਰ ਮਾਰ ਕੇ ਸਿਰ ਦੇ ਵਿੱਚ ਕੰਵਰ ਨੌਨਿਹਾਲ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ। ਉਹ ਸ਼ੇਰ ਨਹੀਂ ਸੀ ਚਿਖਾ ਦੇ ਵਿੱਚ ਇਕੱਲਾ ਹੀ ਸੜਿਆ, ਸਾਡੀ ਪੰਜਾਬੀਆਂ ਦੀ ਤਕਦੀਰ ਸੜ ਗਈ ਸੀ। ਐਸੀ ਤਕਦੀਰ ਸਾਡੀ ਉਸ ਵੇਲੇ ਸੜੀ 1839 ਦੇ ਵਿੱਚ, ਅੱਜ ਤੱਕ ਸਾਡੀ ਤਕਦੀਰ ਬਹਾਲ ਨਹੀਂ ਹੋ ਸਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਦਾਸ ਅੱਜ ਤੁਹਾਡੇ ਨਾਲ ਸਿੱਖ ਇਤਿਹਾਸ ਦੀ ਉਹ ਗਾਥਾ ਸਾਂਝੀ ਕਰਨ ਜਾ ਰਿਹਾ ਹੈ ਜਿਹਨੂੰ ਲਿਖਦਿਆਂ ਇਤਿਹਾਸਕਾਰ ਦੀ, ਲੇਖਕ ਦੀ ਕਲਮ ਕੰਬਦੀ ਹੈ, ਸੁਣਨ ਵਾਲੇ ਦਾ ਗੱਚ ਭਰ ਆਉਂਦਾ, ਬੋਲਣ ਵਾਲੇ ਦੀਆਂ ਸ਼ਬਦ ਨੂੰ ਸਾਥ ਨਹੀਂ ਦਿੰਦੇ। ਸਿੱਖ ਰਾਜ ਦੀਆਂ ਸ਼ਾਮਾਂ ਦੀ ਗੱਲ ਕਰਨ ਜਾ ਰਿਹਾ ਹੈ। ਪਹਿਲਾ ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕੀਤਾ, ਦੂਜਾ ਖਾਲਸਾ ਰਾਜ 1801 ਦੇ ਵਿੱਚ ਸਰਦਾਰ ਚਰਤ ਸਿੰਘ ਦਾ ਪੋਤਰਾ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦਾ ਪੁੱਤਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਹਨੇ ਲਾਹੌਰ ਦੇ ਵਿੱਚ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ, ਉਹ ਰਾਜ ਜਿਸ ਰਾਜ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਾਰੇ ਰਲ ਮਿਲ ਕੇ ਰਹਿੰਦੇ ਸੀ, ਜਿਹਦੇ ਰਾਜ ਦੇ ਵਿੱਚ ਕੁੱਤੇ ਦੇ ਗਲ ਪਾਇਆ ਹੋਇਆ ਕੈਂਠਾ ਕੋਈ ਜਿੱਥੇ ਮਰਜ਼ੀ ਕੁੱਤਾ ਘੁੰਮੇ ਹੁੰਦਾ ਸੀ ਲਾਂਦਾ ਨਹੀਂ ਸੀ, ਜਿਸ ਦੇ ਰਾਜ ਦੇ ਵਿੱਚ ਕਦੇ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ, ਜਿਸ ਦੇ ਰਾਜ ਦੇ ਵਿੱਚ ਮੁਸਲਿਮ ਭਰਾਵਾਂ ਲਈ ਮਸਜਿਦਾਂ ਬਣੀਆਂ, ਹਿੰਦੂ ਭਰਾਵਾਂ ਲਈ ਮੰਦਰ ਬਣੇ, ਸਿੱਖਾਂ ਦੇ ਸਾਰੇ ਗੁਰਦੁਆਰਿਆਂ ਦੀ ਤਾਮੀਰ ਹੋਈ, ਜਿਸ ਦਾ ਰਾਜ ਲਾਹੌਰ ਤੋਂ ਲੈ ਕੇ ਅਫਗਾਨਿਸਤਾਨ ਤੱਕ ਦੂਰ ਦੁਰਾਡੇ ਤੱਕ ਸੀ। ਅਫਗਾਨਿਸਤਾਨ ਦੇ ਵਿੱਚ ਦਰਾ ਖੈਬਰ ਜਿਸ ਦੇ ਜਰਨੈਲਾਂ ਨੇ ਹਰੀ ਸਿੰਘ ਨਲੂਏ ਨੇ ਸਰ ਕੀਤਾ, ਜੋ ਕਿ ਅੱਜ ਸੁਪਰੀਮ ਪਾਵਰ USA ਕੋਲੋਂ ਵੀ ਸਰ ਨਹੀਂ ਹੋ ਸਕਿਆ। ਐਸਾ ਰਾਜ ਨਾ ਅੱਜ ਤੱਕ ਕੋਈ ਕਾਇਮ ਕਰ ਸਕਿਆ, ਨਾ ਕਦੇ ਕਾਇਮ ਹੋਏਗਾ। ਪਹਿਲਾ ਸਿੱਖ ਰਾਜ ਜੋ ਐਸਾ ਖਾਲਸਾ ਰਾਜ ਸੀ ਜਿਸ ਦੇ ਵਿੱਚ ਬਾਦਸ਼ਾਹੀ ਦੇ ਸਿੱਕੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਜਾਰੀ ਕੀਤੇ ਗਏ, ਜੇ ਮੋਹਰ ਜਾਰੀ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਜਾਰੀ ਕੀਤੀ ਗਈ। ਐਸਾ ਮਹਾਨ ਰਾਜ ਜਿਸ ਦੀ ਪ੍ਰਜਾ ਸਾਰੀ ਸੁਖੀ ਸੀ, ਪਰ ਮੈਂ ਅੱਜ ਬੜੇ ਉਸ ਗਮਗੀਨ ਜਿਹੇ ਮਾਹੌਲ ਦੇ ਵਿੱਚ ਖਲੋਤਾ ਲਾਹੌਰ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਦੇ ਬਿਲਕੁਲ ਕਰੀਬ ਤੁਸੀਂ ਦਰਸ਼ਨ ਕਰ ਰਹੇ ਹੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੜੀ। ਇੱਥੇ 27 June 1839 ਨੂੰ ਸਿੱਖ ਰਾਜ ਦਾ ਉਹ ਸੂਰਜ ਅਚਾਨਕ ਡੋਬੀ ਮਾਰ ਗਿਆ। ਡੋਗਰਿਆਂ ਨੇ ਗਦਾਰੀ ਕੀਤੀ, ਜੇਕਰ ਪਹਿਲੀ ਵਾਰੀ
ਇਤਿਹਾਸ ਦੇ ਵਿੱਚ ਗਦਾਰੀ ਲਫ਼ਜ਼ ਡੈਫੀਨੇਸ਼ਨ ਆਈ ਹੈ, ਐਕਸਪਲੇਨ ਹੋਇਆ ਤਾਂ ਡੋਗਰਿਆਂ ਨੇ ਕੀਤਾ 27 June 1839 ਦਾ ਉਹ ਮਨਹੂਸ ਦਿਨ ਜਦੋਂ ਦਾ ਸਿੱਖ ਰਾਜ ਗੁਆਚਿਆ, ਮੁੜ ਕੇ ਸਿੱਖ ਰਾਜ ਦੁਆਰਾ ਬਹਾਲ ਨਹੀਂ ਹੋ ਸਕਿਆ। ਅੱਜ ਤੱਕ ਖਾਲਸਾ ਰਾਜ, ਖਾਲਸਾ ਆਪਣੇ ਰਾਜ ਭਾਜ ਦੀ ਬਹਾਲੀ ਲਈ ਜੋਦੜੀਆਂ ਕਰ ਰਿਹਾ, ਤਰਲੇ ਲੈ ਰਿਹਾ, ਜੱਦੋ ਜਹਿਦ ਦੇ ਵਿੱਚ ਹੈ। ਪਰ ਅੱਜ ਸਾਨੂੰ ਬਹੁਤ ਅਫਸੋਸ ਹੁੰਦਾ ਕਿ ਅੱਜ ਅਸੀਂ ਕਦੇ, ਸਾਡਾ ਵੀ ਕਦੇ ਰਾਜ ਹੁੰਦਾ ਸੀ, ਅੱਜ ਅਸੀਂ ਰਾਜੋਂ ਬਾਹਰੇ ਹੋ ਗਏ ਹਾਂ। 27 June 1839 ਨੂੰ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦਾ ਚੜ੍ਹਦਾ ਸੂਰਜ ਗੋਡੀ ਮਾਰ ਗਿਆ, ਇਸ ਜਗ੍ਹਾ 'ਤੇ ਉਸ ਸ਼ੇਰੇ ਪੰਜਾਬ ਦੀ ਦੇਹ ਦਾ ਸੰਸਕਾਰ ਕੀਤਾ ਗਿਆ ਸੀ। ਇਹ ਉਸ ਸ਼ੇਰੇ ਪੰਜਾਬ ਦੀ ਮੜੀ 'ਤੇ ਹੈ। ਇਹ ਮੇਰੇ ਖਾਲਸਾ ਰਾਜ ਦੇ ਵਾਰਸੋ, ਤੁਹਾਨੂੰ ਵੇਖ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਨੀਰ ਆ ਜਾਣਾ ਚਾਹੀਦਾ, ਤੁਹਾਨੂੰ ਜਜ਼ਬਾਤੀ ਹੋ ਜਾਣਾ ਚਾਹੀਦਾ। ਭਾਵੇਂ ਕਿ ਜਜ਼ਬਾਤੀ ਹੋਣਾ, ਕੋਈ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਜਜ਼ਬਾਤ ਵਿੱਚ ਆ ਕੇ ਜਜ਼ਬਾਤ ਤੋਂ ਬਗੈਰ ਮਨੁੱਖ ਸਾਹਹੀਣ ਹੋ ਜਾਂਦਾ, ਅਸੀਂ ਇਮੋਸ਼ਨਸ ਦੇ ਨਾਲ ਹੀ ਚੱਲਦੇ ਹਾਂ। ਸਾਡਾ ਸਿੱਖ ਰਾਜ ਦੇ ਨਾਲ ਜਜ਼ਬਾਤ ਨੇ। ਇਹ ਮੜੀ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ, ਜੋ ਕਿ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਪੁੱਤਰ ਮਹਾਰਾਜਾ ਖੜਕ ਸਿੰਘ ਨੇ ਬਣਵਾਈ ਸੀ। 3 ਸਾਲ ਲੱਗੇ, 1839 ਤੋਂ ਲੈ ਕੇ 1842 ਤੱਕ ਇਹ ਬਿਲਡਿੰਗ ਨੂੰ ਤਾਮੀਰ ਕਰਵਾਇਆ, ਸਾਰੀ ਉਸ ਸਮੇਂ ਦੀ ਤਿਆਰ ਕੀਤੀ ਗਈ ਹੈ। ਮੈਂ ਇਸ ਇਮਾਰਤ ਬਾਰੇ ਕੁਛ ਦੱਸਣਾ ਚਾਹਾਂਗਾ। ਉੱਪਰ ਦੇਖੋ, ਜੋ ਕਿਉਂਕਿ ਲਾਹੌਰ ਸ਼ਹਿਰ ਦੇ 12 ਦਰਵਾਜ਼ੇ ਸੀ, ਇੱਕ ਮੋਰੀ ਸੀ, 12 ਦਰਵਾਜ਼ਿਆਂ ਦੀ ਤਰਜ਼ 'ਤੇ 12 ਦਰੀ ਜੋ ਇਮਾਰਤ ਤਾਮੀਰ ਕਰਵਾਈ ਗਈ ਹੈ, ਸਾਰੀ ਮੀਨਾਕਾਰੀ ਖਾਲਸਾ ਰਾਜ ਦੀ ਮੀਨਾਕਾਰੀ ਹੈ। 4 ਚੁਫੇਰੇ 12 ਦਰਵਾਜ਼ੇ ਲੱਗੇ ਹੋਏ ਨੇ। ਉਸ ਸਮੇਂ ਦੀ ਇਹ ਖਾਲਸਾ ਰਾਜ ਦੀ ਜੋ ਵਿਰਾਸਤ ਹੈ, ਅੱਜ ਵੀ ਪਾਕਿਸਤਾਨ ਸਰਕਾਰ ਨੇ, ਹਕੂਮਤ ਪਾਕਿਸਤਾਨ ਨੇ, ਵਕਫ ਬੋਰਡ ਜੋ ਕਿ ਵੈਕਿਊ ਟਰੱਸਟ ਪ੍ਰੋਪਰਟੀ ਬੋਰਡ ਹੈ, ਉਹਨਾਂ ਨੇ ਇਹ ਐਜ਼ ਇਟ ਇਜ਼ ਸੰਭਾਲ ਕੇ ਰੱਖੀ ਹੋਈ ਹੈ। ਵਿੱਚ ਪਿੱਛੇ ਜਿਹਨੂੰ ਜੋ ਪਿੱਲਰਾਂ ਨੂੰ ਥੋੜ੍ਹੀ ਜਿਹੀ ਨੁਕਸਾਨ ਪੁੱਜਣ ਲੱਗਿਆ ਸੀ, ਬੜੇ ਬੜੇ ਵੱਡੇ ਇੰਜੀਨੀਅਰ ਲੈ ਕੇ ਉਹਨਾਂ ਨੇ ਕਲੰਪ ਤਿਆਰ ਕਰਕੇ ਇਹਨੂੰ ਲਾਇਆ। ਤੁਸੀਂ ਦੇਖੋ, ਸਾਰਾ ਜੋ ਮੀਨਾਕਾਰੀ ਹੈ, ਜੋ ਇਸ ਦੇ ਵਿੱਚ ਚਿੱਤਰਕਾਰੀ ਕੀਤੀ ਹੋਈ ਹੈ, ਅੱਜ ਵੀ ਬਾ ਕਮਾਲ ਅਸੀਂ ਦੇਖ ਰਹੇ ਹਾਂ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦਾ ਬਹਾਦਰ ਜਰਨੈਲ ਮਹਾਰਾਜਾ ਦੁਨੀਆ ਤੋਂ ਰੁਖਸਤ ਹੋ ਗਿਆ, ਉਸ ਤੋਂ ਬਾਅਦ ਸਿੱਖ ਰਾਜ ਦੇ ਵਿੱਚ ਡੋਗਰਿਆਂ ਨੇ ਗਦਾਰੀ ਕਰਨੀ ਸ਼ੁਰੂ ਕਰ ਦਿੱਤੀ, ਗੁੰਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ। ਕੀ ਕਰਿਆ, ਹੌਲੀ ਹੌਲੀ ਸਿੱਖ ਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਸਿੱਖ ਰਾਜ ਦੇ ਪਤਨ ਤੋਂ ਬਾਅਦ ਲਗਭਗ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜੋ ਮਹਾਰਾਣੀ ਜਿੰਦਾ ਦਾ ਬੇਟਾ ਸੀ ਕੰਵਰ ਦਲੀਪ ਸਿੰਘ, ਉਹਨੂੰ ਅੰਗਰੇਜ਼ ਲੈ ਗਏ 1847 ਦੇ ਵਿੱਚ। ਅਤੇ ਉਹਦੇ ਦੌਰਾਨ ਕੀ ਹੋਇਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਕੰਵਰ ਖੜਕ ਸਿੰਘ, ਮਹਾਰਾਜਾ ਖੜਕ ਸਿੰਘ ਜੋ ਇਹਨਾਂ ਦੀਆਂ ਡੋਗਰਿਆਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਿਆ ਸੀ, ਸਾਜ਼ਿਸ਼ਾਂ ਦਾ ਸ਼ਿਕਾਰ ਹੋਣ ਤੋਂ ਬਾਅਦ ਉਹ ਵੀ ਜਦੋਂ ਇਸ ਦੁਨੀਆ ਤੋਂ ਚਲਾ ਗਿਆ, ਉਹਨੂੰ ਮਰਵਾ ਦਿੱਤਾ ਗਿਆ। ਤਾਂ ਇਹ ਜੋ ਦੇਖ ਰਹੇ ਹੋ, ਇਹ ਸਮਾਧ, ਇਹ ਮੜੀ, ਇੱਥੇ ਸੰਸਕਾਰ ਕੀਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਖੜਕ ਸਿੰਘ ਦਾ। ਇਹ ਸਾਰੀ ਇਮਾਰਤ ਉਸ ਸਮੇਂ ਦੀ ਬਣੀ ਹੋਈ ਹੈ। ਲਗਭਗ 7-8 ਸਾਲ ਸਿੱਖ ਰਾਜ ਦੇ ਵਿੱਚ ਬੜੀ ਉਥਲ ਪੁਥਲ ਹੋਈ। ਇਹ ਜੋ ਤੁਸੀਂ ਮੜੀ ਦੇਖ ਰਹੇ ਹੋ, ਉਸ ਸਮੇਂ ਦੀ ਸਮਾਧ, ਇੱਥੇ ਸੰਸਕਾਰ ਕੀਤਾ ਗਿਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇਸ ਪੁੱਤਰ ਕੰਵਰ ਖੜਕ ਸਿੰਘ ਦਾ। ਅੱਗੇ ਤੁਹਾਨੂੰ ਸਾਧ ਸੰਗਤ ਜੀ ਅੱਗੇ ਦਰਸ਼ਨ ਕਰਾਵਾਂਗੇ। ਸਿੱਖ ਕੌਮ ਦੇ ਉਹ ਮਹਾਨ ਕੰਵਰ ਨੌਨਿਹਾਲ ਸਿੰਘ, ਜੋ ਕਿ ਸੂਝ ਬੂਝ ਪੱਖੋਂ ਅਤੇ ਆਪਣੀ ਤੀਖਣ ਬੁੱਧੀ ਪੱਖੋਂ ਆਪਣੇ ਦਾਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਹੀ ਸੀ। ਮਹਾਰਾਜਾ ਰਣਜੀਤ ਸਿੰਘ ਦਾ ਬਿਲਕੁਲ ਮੁਹਾਂਦਰਿਆ ਉਹਦੇ ਵਰਗਾ ਸੀ, ਉਹਦੀ ਗੱਲਬਾਤ, ਉਹਦੀ ਤੀਖਣ ਬੁੱਧੀ ਆਪਣੇ ਦਾਦੇ ਵਰਗੀ ਸੀ। ਅਤੇ ਜਦੋਂ ਮਹਾਰਾਜਾ ਖੜਕ ਸਿੰਘ ਦਾ ਸੰਸਕਾਰ ਹੋਣ ਤੋਂ ਬਾਅਦ ਜਾ ਰਹੇ ਸੀ, ਉਸ ਦੇ ਉੱਪਰ ਛੱਜਾ ਸੁੱਟ ਕੇ ਉਹਨੂੰ ਮਰਵਾ ਦਿੱਤਾ ਗਿਆ। ਇਹ ਜੋ ਤੁਸੀਂ ਦੇਖ ਰਹੇ ਹੋ, ਇਹ ਮੜੀ ਦੇਖ ਰਹੇ ਹੋ, ਇਹ ਮਹਾਰਾਜਾ ਕੰਵਰ ਖੜਕ ਸਿੰਘ ਦੀ ਮੜੀ ਹੈ ਸ਼ੇਰੇ ਪੰਜਾਬ, ਮਹਾਰਾਜਾ ਕੰਵਰ ਨੌਨਿਹਾਲ ਸਿੰਘ ਦੀ ਮੜੀ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦੀ ਮੜੀ ਹੈ ਜੀ। ਉੱਧਰ ਦੇਖ ਕੇ ਆਏ ਹਾਂ ਮੜੀ ਮਹਾਰਾਜਾ ਰਣਜੀਤ ਸਿੰਘ ਦੀ, ਉਹਦੇ ਬਿਲਕੁਲ ਪਿਛਲੇ ਪਾਸੇ ਮਹਾਰਾਜਾ ਖੜਕ ਸਿੰਘ ਦੀ, ਉਹਦੇ ਬਿਲਕੁਲ ਨਾਲ ਕੰਵਰ ਨੌਨਿਹਾਲ ਸਿੰਘ ਦੀ ਮੜੀ ਹੈ, ਜਿਸ ਦੀ ਪਤਨੀ ਬੀਬੀ ਨਾਨਕੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਧੀ ਬੀਬੀ ਨਾਨਕੀ ਸੀ। ਇਹ ਉਸ ਮੜੀ 'ਤੇ ਅਸੀਂ ਖੜ੍ਹੇ ਹਾਂ, ਕੰਵਰ ਨੌਨਿਹਾਲ ਸਿੰਘ ਦੀ ਮੜੀ 'ਤੇ। ਤੁਹਾਨੂੰ ਅੱਗੇ ਦਿਖਾਵਾਂਗੇ ਜੀ ਕਿਸ ਤਰੀਕੇ ਨਾਲ ਕੰਵਰ ਨੌਨਿਹਾਲ ਸਿੰਘ ਦੀ ਮੌਤ ਕਿਵੇਂ ਹੋਈ, ਉਹ ਵੀ ਤੁਹਾਨੂੰ ਇਤਿਹਾਸ ਨਾਲ ਦੇ ਨਾਲ ਦੱਸਣ ਜਾ ਰਹੇ ਹਾਂ। ਸਾਧ ਸੰਗਤ ਜੀ, ਜਦੋਂ 27 June 1839 ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ, ਕੁਝ ਸਾਲਾਂ ਬਾਅਦੋਂ ਉਹਦਾ ਲਾਡਲਾ ਸਪੁੱਤਰ ਮਹਾਰਾਜਾ ਖੜਕ ਸਿੰਘ ਵੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਦੁਨੀਆ ਤੋਂ ਰਿਖਸਤ ਹੋ ਗਿਆ। ਉਹਦਾ ਇੱਥੇ ਜਿੱਥੇ ਤੁਹਾਨੂੰ ਸਮਾਧ ਵਿਖਾਈ ਹੈ ਉਸਦੀ ਮੜੀ, ਉੱਥੇ ਸੰਸਕਾਰ ਹੋਇਆ, ਚਿਖਾ ਬਲਦੀ ਸੀ। ਚਿਖਾ ਬਲਣ ਤੋਂ ਬਾਅਦ ਇਸ ਰਸਤੇ ਰਾਹੀਂ
ਕੰਵਰ ਨੌਂ ਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਇਸ ਰਸਤੇ ਰਾਹੀਂ ਜੋ ਕਿ ਬਾਹਰ ਜਾ ਰਹੇ ਸੀ ਇਸ ਕਿਲ੍ਹੇ ਤੋਂ ਆਪਣੇ ਉੱਧਰ ਨੂੰ ਜਾ ਰਹੇ ਸੀ ਕਿਲ੍ਹੇ ਵੱਲ ਨੂੰ, ਇਹ ਸਾਰਾ ਤੁਸੀਂ ਦੇਖੋ, ਇਹ ਸਾਰਾ ਜੋ ਪੌੜੀਆਂ ਉਸ ਸਮੇਂ ਦੀਆਂ ਪੁਰਾਤਨ ਸਾਰੀਆਂ ਦਿਖਾਈਆਂ ਹੈਗੀਆਂ, ਇਹ ਸਾਰਾ ਐਜ਼ ਇਟ ਇਜ਼ ਹਾਲਾਤ ਉੱਦਾਂ ਹੀ ਰੱਖੇ ਗਏ ਨੇ ਜੋ ਸਾਡੀ ਵਿਰਾਸਤ ਹੈ। ਉੱਥੋਂ ਆਉਂਦੇ ਆਉਂਦੇ ਮੈਂ ਤੁਹਾਨੂੰ ਅੱਗੇ ਲੈ ਕੇ ਜਾਣਾ, ਦਰਸ਼ਨ ਕਰਵਾ ਰਿਹਾ ਜੀ। ਕੰਵਰ ਨੌਂ ਨਿਹਾਲ ਸਿੰਘ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਦਾ ਸਸਕਾਰ ਕਰਕੇ ਮਹਿਲ ਵੱਲ ਨੂੰ ਜਾ ਰਹੇ ਸੀ, ਤਾਂ ਉਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਹੈਗਾ ਰੁਸ਼ਨਾਈ ਦਰਵਾਜ਼ਾ। ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ, ਲਾਹੌਰ ਦੇ ਵਿੱਚ 12 ਦਰਵਾਜ਼ੇ ਸੀ, ਇੱਕ ਮੋਰੀ ਸੀ, ਖਾਲਸਾ ਰਾਜ ਦੇ ਹੁੰਦਿਆਂ 11 ਦਰਵਾਜ਼ੇ ਬੰਦ ਰਹਿੰਦੇ ਸੀ, ਇਹ ਕੇਵਲ ਰੁਸ਼ਨਾਈ ਦਰਵਾਜ਼ਾ ਖੁੱਲ੍ਹਾ ਰਹਿੰਦਾ ਸੀ। ਪਰ ਤਰਾਸਦੀ ਇਹ ਹੈ, ਖਾਲਸਾ ਰਾਜ ਜਾਣ ਤੋਂ ਬਾਅਦ 11 ਦਰਵਾਜ਼ੇ ਖੁੱਲ੍ਹੇ ਨੇ, ਅੱਜ ਰੁਸ਼ਨਾਈ ਦਰਵਾਜ਼ਾ ਬੰਦ ਹੈ। ਇਸ ਦਾ ਇਤਿਹਾਸ ਕੀ ਹੈ? ਕੰਵਰ ਨੌਂ ਨਿਹਾਲ ਸਿੰਘ ਜਦੋਂ ਇੱਥੋਂ ਆਪਾਂ ਦੱਸ ਰਹੇ ਹਾਂ, ਇੱਥੋਂ ਨਿਕਲ ਕੇ ਵਾਪਸ ਆਪਣੇ ਮਹਿਲਾਂ ਨੂੰ ਜਾ ਰਹੇ ਸੀ, ਤਾਂ ਇਸ ਡੋਗਰਿਆਂ ਨੇ ਐਸੀ ਸਾਜਿਸ਼ ਰਚੀ, ਉਹਨਾਂ ਨੇ ਗੁੰਦਾਂ ਗੁੰਦੀਆਂ ਖਾਲਸਾ ਰਾਜ ਨੂੰ ਖਤਮ ਕਰਨ ਦੀਆਂ ਐਸੀ ਗਦਾਰੀ ਕੀਤੀ। ਧਿਆਨ ਸਿੰਘ ਡੋਗਰਾ, ਗੁਲਾਬ ਸਿੰਘ ਡੋਗਰਾ ਉੱਪਰ ਖਲੋ ਗਿਆ, ਥੱਲੇ ਉਹਨੇ ਲਾਲ ਰੰਗ ਦੇ ਰੁਮਾਲ ਦੇ ਨਾਲ ਇਸ਼ਾਰਾ ਕੀਤਾ ਕਿ ਜਦੋਂ ਕੰਵਰ ਨੌਂ ਨਿਹਾਲ ਸਿੰਘ ਇੱਥੋਂ ਲੰਘੇਗਾ ਤੁਸੀਂ ਉਸ ਦੇ ਉੱਪਰ ਛੱਜਾ ਸੁੱਟ ਦੇਣਾ, ਤਾਂ ਕਿ ਸਿੱਖ ਕੌਮ ਦਾ ਖਾਲਸਾ ਰਾਜ ਦਾ ਵਾਰਸ ਸਦਾ ਲਈ ਖਤਮ ਹੋ ਜਾਵੇ। ਇਸੇ ਤਹਿਤ ਜਦੋਂ ਕੰਵਰ ਨੌਂ ਨਿਹਾਲ ਸਿੰਘ ਇਸ ਦਰਵਾਜ਼ੇ ਰਾਹੀਂ, ਰੁਸ਼ਨਾਈ ਦਰਵਾਜ਼ੇ ਰਾਹੀਂ ਅੰਦਰ ਜਾਣ ਲੱਗੇ, ਤਾਂ ਸਾਜਿਸ਼ ਤਹਿਤ ਡੋਗਰਿਆਂ ਨੇ ਉੱਪਰੋਂ ਲਾਲ ਰੰਗ ਦੇ ਰੁਮਾਲ ਦਾ ਇਸ਼ਾਰਾ ਕੀਤਾ, ਉੱਪਰੋਂ ਉਹ ਤੁਸੀਂ ਦੇਖ ਰਹੇ ਹੋ ਜੀ, ਉੱਥੋਂ ਛੱਜਾ ਸੁੱਟਿਆ ਗਿਆ। ਛੱਜਾ ਸੁੱਟ ਕੇ ਕੰਵਰ ਨੌਂ ਨਿਹਾਲ ਸਿੰਘ ਨੂੰ ਜਾਨ ਤੋਂ ਮਾਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਚੰਗੀ ਕਿਸਮਤ ਕੰਵਰ ਨੌਂ ਨਿਹਾਲ ਸਿੰਘ ਬਚ ਗਏ। ਹਾਰ ਕੇ ਡੋਗਰਿਆਂ ਨੇ ਉਹਨੂੰ ਚੁੱਕ ਕੇ ਲੈ ਗਏ ਅਤੇ ਅੰਦਰ ਇੱਕ ਕਮਰੇ ਦੇ ਵਿੱਚ ਲਿਜਾ ਕੇ ਪਾ ਲਿਆ, ਦਰਵਾਜ਼ਾ ਬੰਦ ਕਰ ਦਿੱਤਾ। ਉਸ ਨੂੰ ਉਸਦੇ ਪਤਨੀ ਬੀਬੀ ਨਾਨਕੀ ਦੇ ਨਾਲ ਨਹੀਂ ਮਿਲਣ ਦਿੱਤਾ ਗਿਆ, ਜੋ ਕਿ ਸ਼ਾਮ ਸਿੰਘ ਟਾਰੀ ਵਾਲੇ ਦੀ ਬੇਟੀ ਸੀ, ਉਸ ਨੂੰ ਉਹਨਾਂ ਦੀ ਮਾਤਾ ਜੀ ਦੇ ਨਾਲ ਨਹੀਂ ਮਿਲਣ ਦਿੱਤਾ ਗਿਆ। ਜਦੋਂ ਉਹਨੇ ਕਿਹਾ ਕਿ ਮੈਂ ਆਪਣੇ ਮਾਤਾ ਨੂੰ ਮਿਲਣਾ ਚਾਹੁੰਦਾ, ਮੈਂ ਆਪਣੀ ਪਤਨੀ ਨੂੰ ਮਿਲਣਾ ਚਾਹੁੰਦਾ, ਤਾਂ ਉਹਨਾਂ ਨੇ ਕਿਹਾ ਕਿ ਕੰਵਰ ਜੀ ਉਹਨਾਂ ਨੂੰ ਨਹੀਂ ਮਿਲ ਦੇਣਾ, ਤੁਸੀਂ ਹੁਣ ਤੁਹਾਨੂੰ ਤੁਹਾਡੇ ਦਾਦੇ ਨਾਲ ਹੀ ਮਿਲਾਪ ਕਰਾ ਦਿੱਤਾ ਜਾਏਗਾ, ਸ਼ੇਰੇ ਪੰਜਾਬ ਦੇ ਕੋਲ ਤੁਹਾਨੂੰ ਭੇਜ ਰਹੇ ਹਾਂ। ਅਤੇ ਪੱਥਰ ਮਾਰ ਮਾਰ ਕੇ ਸਿਰ ਦੇ ਵਿੱਚ ਕੰਵਰ ਨੌਂ ਨਿਹਾਲ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇਹ ਡੋਗਰਿਆਂ ਦੀ ਗਦਾਰੀ ਨਾਲ ਸੀ, ਉਦੋਂ ਦਾ ਖਾਲਸਾ ਰਾਜ ਖਤਮ ਹੋਇਆ, ਮੁੜ ਕੇ ਅੱਜ ਤੱਕ ਖਾਲਸਾ ਰਾਜ ਨਹੀਂ ਆ ਸਕਿਆ ਹੈਗਾ। 47 ਤੋਂ ਬਾਅਦ ਕੰਵਰ ਦਲੀਪ ਸਿੰਘ ਨੂੰ, ਛੋਟੇ ਬੱਚੇ ਨੂੰ, ਮਹਾਰਾਣੀ ਜਿੰਦਾ ਨੂੰ ਨੇਪਾਲ ਭੇਜ ਦਿੱਤਾ ਗਿਆ, ਚਨਾਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ। ਕੰਵਰ ਦਲੀਪ ਸਿੰਘ ਨੂੰ, ਗੋਰੇ ਐਂਟਰ ਹੋ ਚੁੱਕੇ ਸੀ ਇੰਡੀਆ ਦੇ ਵਿੱਚ, ਉਹ ਇੰਗਲੈਂਡ ਲੈ ਗਏ, ਮੁੜ ਕੇ ਖਾਲਸਾ ਰਾਜ ਸਦਾ ਸਦਾ ਲਈ ਸਮਾਪਤ ਹੋ ਗਿਆ। ਇਹ ਮੈਂ ਜਿਵੇਂ ਦੱਸਿਆ ਸੀ ਕਿ ਕਹਿਣਾ ਬੜਾ ਔਖਾ ਲੱਗਦਾ, ਇਸ ਇਤਿਹਾਸ ਨੂੰ ਦੱਸਣਾ ਬੜਾ ਔਖਾ ਲੱਗਦਾ, ਗੱਚ ਭਰਿਆ ਹੁੰਦਾ ਐਸਾ ਇਤਿਹਾਸ। ਸੋ ਮੈਂ ਬੋਲਦਿਆਂ ਕੋਈ ਗਲਤੀ ਹੋ ਗਈ, ਮੈਂ ਮਾਫ਼ੀ ਚਾਹੁੰਦਾ। ਸੋ ਐਸਾ ਇਤਿਹਾਸ, ਕਿਉਂਕਿ ਕਿਸੇ ਸ਼ੇਰ ਨੇ ਕਿਹਾ ਆਖਿਆ ਸੀ, ਕਿਸੇ ਸ਼ਾਇਰ ਨੇ ਆਖਿਆ ਸੀ ਕਿ ਇਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ। ਉਹ ਸ਼ੇਰ ਨਹੀਂ ਸੀ ਚਿਖਾ ਦੇ ਵਿੱਚ ਇਕੱਲਾ ਹੀ ਸੜਿਆ, ਸਾਡੀ ਪੰਜਾਬੀਆਂ ਦੀ ਤਕਦੀਰ ਸੜ ਗਈ ਸੀ। ਐਸੀ ਤਕਦੀਰ ਸਾਡੀ ਉਸ ਵੇਲੇ ਸੜੀ 1839 ਦੇ ਵਿੱਚ, ਅੱਜ ਤੱਕ ਸਾਡੀ ਤਕਦੀਰ ਬਹਾਲ ਨਹੀਂ ਹੋ ਸਕੀ। ਅੱਜ ਤੱਕ ਅਸੀਂ ਰਾਜ ਤੋਂ ਵਿਹੂਣੇ ਮਿਲਦੇ ਹਾਂ, ਸੋਚਦੇ ਹਾਂ ਵੀ ਅਸੀਂ ਵੀ ਕਦੇ ਰਾਜਾਂ ਭਾਗਾਂ ਵਾਲੇ ਹੁੰਦੇ ਸੀ, ਕਾਸ਼ ਕਦੇ ਖਾਲਸਾ ਰਾਜ ਦੀ ਮੁੜ ਕੇ ਸਥਾਪਤੀ ਹੋ ਸਕੇ। ਸੋ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।